यहाँ पे गोली चल रही थी और एक बंदा लाल कलर का टी शर्ट पहने हुए पल्सर मोटरसाइकिल पे इधर रोड पे खड़ा था, और इधर यहाँ होके जो बंदे आए थे वो इधर होके भग गए। दो बंदे से काबू कर रहे हैं, तीजे बंदे की भाल जा रही है, वो भी अभी जल्दी। क्या देखा आपने यहाँ पे? यहाँ पे गोली चल रही थी और एक बंदा लाल कलर का टी शर्ट पहने हुए पल्सर मोटरसाइकिल पे इधर रोड पे खड़ा था, और इधर यहाँ होके जो बंदे आए थे वो इधर होके भग गए। एक दो बंदा पकड़ा गया उसमें। पुलिस के कितने आदमी थे यहाँ पे? पुलिस के कम से कम 10-12 बंदे थे। कौन सी गाड़ी थी? गाड़ी वो 4 PA की थी। इधर इधर फायरिंग वगैरह भी हुई थी। इधर कितनी गोलियाँ चली? इधर 3, एक पेट्रोल पंप पे, 2 इधर चली। अच्छा, तो लगी भी इनमें से कोई? नहीं। ओके, दो बंदे से काबू कर ले हैं, तीजे बंदे की भाल जा रही है, वो भी अभी जल्दी। अच्छा, क्या जरा गोली चलाई इन्होंने अगों ਤੁਹਾਡੇ? एक गोली जो तीसरा बंदा जी उन्हें गोली चलाई है, वो जो ही फड़ांगे उसको रिकवर करांगे, जो पिस्टल होया जो भी कवर। नहीं, एक कवर किया गया, एक पिस्टल रिकवर। कहंदा मतलब फायरिंग हुई ਤੁਹਾਡੇ ਨਾਲ? ਫਿਰ ਉਹਨਾਂ ਕ੍ਰੋਸ ਫਾਇਰਿੰਗ ਹੋਈ ਜੀ? ਨਹੀਂ, ਫਾਇਰਿੰਗ ਕੋਈ ਮੁਕਾਬਲਾ ਹੋਇਆ? ਨੋ, ਕੋਈ ਮੁਕਾਬਲਾ ਨਹੀਂ ਹੋਇਆ, ਕੋਈ ਪੁਲਿਸ ਦਾ ਮੁਕਾਬਲਾ ਨਹੀਂ ਹੋਇਆ। ਜਿਹੜਾ ਤੀਸਰਾ ਬੰਦਾ ਵਾ ਉਹਨੇ ਫਾਇਰ ਜੂਸ ਕੀਤਾ, ਉਹਨੂੰ ਹੀ ਰਿਕਵਰ ਕਰਾਂਗੇ, ਉਹਦਾ ਪਿਸਟਲ ਰਿਕਵਰ ਕਰਾਂਗੇ ਔਰ ਉਹਦੀ ਗ੍ਰਿਫਤਾਰੀ ਕਰਾਂਗੇ। ਇੱਕ ਪਿਸਟੋਲ ਬਰਾਮਦ ਹੋਇਆ ਭਾਜੀ, ਤੇ 150 ਗ੍ਰਾਮ ਹੀ ਰਹਿਣਾ। ਕਿੱਥੋਂ ਦੇ ਰਹਿਣ ਵਾਲੇ ਨੇ ਸਰ? ਸਰ ਜਾਣਕਾਰੀ ਕੀ ਸੀ ਐਸਟੀਐਫ ਦੇ ਕੋਲੇ ਨਾ ਬਾਰੇ? ਇਹ ਸਾਡੀ ਮੁਖਬਰੀ ਹੁੰਦੀ ਖਾਸ ਸੀ, ਸਾਡੀ ਐਸਟੀਐਫ ਦੀ ਖਾਸ ਆਪਣੇ ਮੁਖਬਰ ਹੁੰਦੇ, ਸਾਡੀ ਪਰਸਨਲ ਜਾਣਕਾਰੀ ਹੁੰਦੀ। ਸਰ ਕੀ ਜਾਣਕਾਰੀ ਸੀ, ਇਹ ਕਿੰਨੀ ਦੇਰ ਤੋਂ ਤਸਕਰ ਸੀ? ਝਵਾਲ ਦੇ ਲਾਗੇ ਪਿੰਡ ਪੈਂਦਾ, ਉੱਥੋਂ ਦੇ ਰਹਿਣ ਵਾਲੇ ਇਹ, ਤੇ ਤੀਸਰਾ ਬੰਦਾ ਵੀ ਆਪਾਂ ਜਲਦੀ ਗਏ। ਇੱਥੇ ਸਰ ਰਹਿੰਦੇ ਪਏ ਸੀ ਜਾਂ ਫਿਰ ਵੈਸੇ ਇੱਥੇ ਪਹੁੰਚੇ ਸੀ? ਨਹੀਂ, ਅਸੀਂ ਨਾਕਾਬੰਦੀ ਕੀਤੀ ਸੀ ਜੀ। ਮੋਟਰਸਾਈਕਲ ਦੇ 3 ਜਣੇ ਆ ਰਹੇ ਸੀ, 2 ਬੰਦੇ ਕਾਬੂ ਕਰ ਲਏ ਆ, ਇੱਕ ਮੋਟਰਸਾਈਕਲ ਭਜਾ ਕੇ ਲੈ ਗਿਆ। ਗਲੀ ਦੇ ਅੰਦਰ ਵੜੇ ਸੀ ਜਿੱਥੇ ਫਾਇਰਿੰਗ ਹੋਈ ਹੈ? ਨਹੀਂ, ਗਲੀ ਦੇ ਅੰਦਰ ਨਹੀਂ ਵੜੇ ਜੀ, ਫਾਇਰਿੰਗ ਤਾਂ ਕੋਈ ਨਹੀਂ ਹੋਈ, ਨਾ ਇਹਨਾਂ ਬੰਦਿਆਂ ਨੇ ਫਾਇਰਿੰਗ ਕੀਤੀ। ਜਿਹੜਾ ਬੰਦਾ ਫੜੇ, ਜਿਹੜਾ ਬੰਦਾ ਭੱਜਿਆ ਉਹਨੇ ਜ਼ਰੂਰ ਫਾਇਰ ਕੀਤਾ, ਔਰ ਜਲਦੀ ਰਿਕਵਰ ਕਰ ਲਾ। ਅਗਲੀ ਕਾਰਵਾਈ ਚਾ ਕੀ ਸਰ? ਪਰਚਾ FIR ਕੱਟੀ ਜਾ ਰਹੀ ਹੈ ਤੇ ਤੀਸਰੇ ਬੰਦੇ ਨੂੰ ਕਰਾਵਾ ਦੇ ਦੇਣ। ਸਰ ਕਿਹੜੀ ਜਗ੍ਹਾ ਤੇ ਫੜੇ? 21B NDP ਐਕਟ ਔਰ 2553 ਅਸਲ ਐਕਟ। ਸਰ ਇਹਨਾਂ ਬਾਰੇ ਕੀ ਜਾਣਕਾਰੀ ਕੀ ਸੀ ਤੁਹਾਡੇ ਕੋਲ ਸਰ? ਇਹਨਾਂ ਬਾਰੇ ਇੱਕ ਮਿੰਟ ਯਾਰ, ਇਹਦਾ ਸਰ ਵੈਰੀਫਾਈ ਕਰਾਂਗੇ ਆਪਾਂ। ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਤੱਤ ਆਏ ਉਸ ਹਿਸਾਬ ਨਾਲ। ਸਰ ਕਿਹੜੀ ਜਗ੍ਹਾ ਤੋਂ ਫੜੇ ਗਏ ਬੰਦੇ? ਪਿੱਛੇ ਕਿਹੜੀ ਜਗ੍ਹਾ ਤੋਂ ਫੜੇ ਗਏ? ਇਹ ਜਗ੍ਹਾ ਦੇਖੋ ਜੀ, ਤਰਨਤਾਰਨ ਰੋਡ, ਇੱਥੇ ਅਸੀਂ ਨਾਕਾ ਮਾਨ ਸਿੰਘ ਰੋਡ ਦੇ ਲੱਗੇ। ਸਰ ਇਹਨਾਂ ਬਾਰੇ? ਸਹੀ ਹਰਦੀਪ ਸਿੰਘ। ਸਰ ਇਹਨਾਂ ਬਾਰੇ ਕੀ ਜਾਣਕਾਰੀ ਸੀ ਐਸਟੀਐਫ ਦੇ ਕੋਲ? ਇਹ ਸਾਡੀ ਗੁਪਤ ਜਾਣਕਾਰੀ ਹੁੰਦੀ ਭਾਈ। ਤੀਸਰੇ ਲੰਬੇ ਸਮੇਂ ਤੋਂ ਕਰਦੇ ਪਏ ਸੀ ਕੰਮ? ਲੰਬੇ ਸਮੇਂ ਤੋਂ ਕੰਮ ਕਰਦੇ ਆ। ਤੀਸਰੇ ਬੰਦੇ ਪਿੱਛੇ ਫੋਰਸ ਲੱਗੀ ਅਸੀਂ? ਉਹ ਸਾਰਾ ਕੰਮ ਅਸੀਂ ਕਰ ਰਹੇ ਹਾਂ ਜੀ, ਸਾਡੇ ਮੁਲਾਜ਼ਮ ਨਾਲ ਲੱਗੇ ਆ। ਜਦੋਂ ਵੀ ਬੰਦਾ ਅਰੈਸਟ ਪਾ ਕੇ ਉਹਨੂੰ ਵੀ ਆਪਾਂ ਜੇਲ੍ਹ ਵਿੱਚ ਜਲਦੀ ਭੇਜਾਂਗੇ, ਔਰ ਜਿੱਥੋਂ ਪਿਸਟਲ ਆਇਆ ਗਾਂ, ਜਿੱਥੋਂ ਵੀ ਅਸਰ ਆਇਆ ਉਹਦੀ ਅਸੀਂ ਗਾਂ ਰਿਕਵਰੀ ਕਰਾਂਗੇ ਵੀ ਕਿੱਥੋਂ ਅਸਰ ਆਇਆ, ਔਰ ਉਹ ਬੰਦੇ ਵੀ ਅਰੈਸਟ ਕਰਾਂਗੇ। ਸਰ ਪਾਕਿਸਤਾਨ ਵਾਲੇ ਵੀ ਹੈਗੇ ਇਹਨਾਂ ਦੇ ਲਿੰਕ ਜੀ? ਨਹੀਂ ਜੀ, ਇਹ ਕੋਈ ਗੱਲ ਨਹੀਂ, ਅਸੀਂ ਜੀ ਗੱਲ ਕੋਈ ਨਹੀਂ ਹੈਗੀ। ਛੋਟੇ ਮਗਰਮੱਛ ਹੈ? ਹਾਂ ਜੀ, ਇਹ ਨਹੀਂ ਮੱਛੀਆਂ ਨੇ ਜੀ। ਅਤੇ ਜਦੋਂ ਹੁਣ ਸਾਰਾ ਕੰਮ ਤੁਹਾਡੇ ਸਾਹਮਣੇ ਤਫਤੀਸ਼ ਚੱਲ ਰਹੀ ਹੈ, ਤਫਤੀਸ਼ ਚੱਲਣ ਤੋਂ ਬਾਅਦ ਜੋ ਵੀ ਤੱਤ ਸਾਹਮਣੇ ਆਏ। ਪਾਕਿਸਤਾਨ ਕੋਈ ਲਿੰਕ ਨਹੀਂ? ਨਹੀਂ ਜੀ, ਪਾਕਿਸਤਾਨ ਦਾ ਕੋਈ ਲਿੰਕ ਨਹੀਂ ਹੈ।